ਸੁਰਿੰਦਰ ਕੌਰ ਜੀ, ਉਹ ਦੇਖੋ ਜੀ, ਚਾਰ ਵਾਰ ਉਹ ਕੌਂਸਲਰ ਰਹਿ ਚੁੱਕੇ, ਕਾਂਗਰਸ ਦੇ ਉਹ ਬੰਦੇ ਆ, ਇੱਕ ਵਾਰ ਉਹ ਡਿਪਟੀ ਮੇਅਰ ਰਹਿ ਚੁੱਕੇ ਆ, ਬਟ ਉਹਨਾਂ ਦੇ ਕੰਮ ਕੀ ਕੀਤੇ ਉਹ ਹੁਣ ਸਾਰੀ ਇਸ ਵੇਲੇ ਪਤਾ ਲੱਗ ਰਿਹਾ ਹੈ। ਜਿੱਥੇ ਵੀ ਜਾਓ ਉੱਥੇ ਲੋਕ ਇਹੀ ਕਹਿ ਰਹੇ, ਸਾਡਾ ਸੀਵਰੇਜ ਬੰਦ, ਸਾਡਾ ਪਾਣੀ ਅਤੇ ਸੀਵਰੇਜ ਮਿਕਸ ਹੋ ਕੇ ਆ ਰਿਹਾ ਆ, ਸਾਡੀਆਂ ਸੜਕਾਂ ਦਾ ਨਹੀਂ, ਇੱਕ ਹੱਡਾ ਰੋੜੀ ਦਾ ਉੱਥੇ ਇੰਨੀ ਪ੍ਰੋਬਲਮ ਸੀਗੀ। ਇੱਕ ਅੱਛਾ ਕੰਮ ਇੱਕ ਆਮ ਆਦਮੀ ਪਾਰਟੀ ਨੇ ਕੀਤਾ ਕਿ ਜਿਹੜਾ ਉੱਥੇ ਹੱਡਾ ਰੋੜੀ ਵਾਲਾ ਉਹ ਚੁਕਵਾ ਦਿੱਤਾ। ਸੜਕਾਂ ਤੇ ਪਾਣੀ ਤੇ ਸੀਵਰੇਜ ਤੇ ਨਹੀਂ ਲੱਗਾ। ਸਾਰੇ MLS ਜਿਹੜੇ ਪਹਿਲਾਂ ਸੀਗੇ ਉਹ ਸਾਰੇ ਆਪਣੇ ਬਾਰੇ ਹੀ ਸੋਚਦੇ ਸੀਗੇ, ਕਿਸੇ ਨੇ ਜਨਤਾ ਬਾਰੇ ਸੋਚਿਆ ਨਹੀਂ। ਜੇ ਜਨਤਾ ਬਾਰੇ ਸੋਚਿਆ ਹੁੰਦਾ ਤਾਂ ਕੰਮ ਹੋਏ ਹੁੰਦੇ, ਅੱਜ ਆਹ ਹਾਲ ਨਾ ਹੋਣਾ। ਡਿਪਟੀ ਮੇਅਰ ਕੋਲ ਬਹੁਤ ਪਾਵਰ ਹੁੰਦੀ ਆ ਜੀ, ਉਹ ਜੋ ਮਰਜ਼ੀ ਕਰਵਾ ਸਕਦਾ ਆਪਣੇ ਏਰੀਏ। ਜਿਹੜਾ ਬੰਦਾ ਆਪਣੇ ਏਰੀਏ 'ਚ ਕੰਮ ਨਹੀਂ ਕਰਵਾ ਸਕਦਾ, ਉਹ ਬਾਕੀ ਏਰੀਆ 'ਚ ਕੰਮ ਕਿਸ ਤਰ੍ਹਾਂ ਕਰਵਾਊਗਾ। ਪੰਜਾਬ ਦੇ ਵੀ ਦੇਖ ਰਹੇ ਹੋ ਤੁਸੀਂ, ਮੈਂ ਆਇਸ਼ਾ ਜਲੰਧਰ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ 2 ਦਿਨਾਂ ਬਾਅਦ ਚੋਣਾਂ ਹੋਣ ਜਾ ਰਹੀਆਂ ਨੇ, ਅਤੇ ਇੱਥੇ ਹੀ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਬਾਰੇ ਲੋਕਾਂ ਦਾ ਕੀ ਕਹਿਣਾ ਹੈ, ਅਤੇ ਗੱਲਬਾਤ ਕਰਦੇ ਹਾਂ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਰਵਿੰਦਰ ਕੌਰ ਰਾਜੀ ਜੀ। ਮੈਮ ਜਲੰਧਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ 2 ਦਿਨਾਂ ਬਾਅਦ, ਅਤੇ ਉਮੀਦਵਾਰ ਨੇ ਹੈ ਨਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਕਾਂਗਰਸ ਦੇ ਉਮੀਦਵਾਰ ਨੇ, ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਦੇਖੋ ਜੀ, ਸਾਡੇ ਤਾਂ ਉਮੀਦਵਾਰ ਬਹੁਤ ਸਾਫ਼ ਸੁਥਰਾ, ਬਹੁਤ ਅੱਛੀ ਛਵੀ ਵਾਲਾ ਬੰਦਾ, ਸ਼ਰੀਫ ਅਤੇ ਨੇਕ ਇਨਸਾਨ ਹੈਗਾ, ਕੰਮ ਕਰਨ ਵਾਲਾ। ਉਹਨਾਂ ਦਾ ਜਿਹੜਾ ਖਾਨਦਾਨ ਹੈਗਾ ਉਹ ਸ਼ੁਰੂ ਤੋਂ ਹੀ ਇਸ ਕੰਮ ਵਿੱਚ ਪਿਆ ਹੋਇਆ। ਉਹਨਾਂ ਦੇ ਫਾਦਰ ਸਾਹਿਬ ਭਗਤ ਚੁੰਨੀ ਲਾਲ ਜੀ, ਉਹਨਾਂ ਨੂੰ ਮੈਂ ਬਹੁਤ ਪੁਰਾਣਾ ਜਾਣਦੀ ਹਾਂ, ਔਰ ਬੜੇ ਅੱਛੇ ਕੰਮ ਕੀਤੇ ਉਹਨਾਂ ਨੇ ਇਸ ਏਰੀਏ ਦੇ ਲਈ। ਸੋ ਇੱਕ ਉਹਨਾਂ ਦੇ ਸਾਡੇ ਖਿਲਾਫ਼, ਇੱਕ ਆਮ ਆਦਮੀ ਪਾਰਟੀ ਦੇ ਖਿਲਾਫ਼ ਕਰੇ, ਇੱਕ ਸੁਰਿੰਦਰ ਕੌਰ ਜੀ, ਉਹ ਦੇਖੋ ਜੀ, 4 ਵਾਰ ਉਹ ਕੌਂਸਲਰ ਰਹਿ ਚੁੱਕੇ, ਕਾਂਗਰਸ ਦੇ ਉਹ ਬੰਦੇ ਆ, ਇੱਕ ਵਾਰ ਉਹ ਡਿਪਟੀ ਮੇਅਰ ਰਹਿ ਚੁੱਕੇ ਆ, ਬਟ ਉਹਨਾਂ ਦੇ ਕੰਮ ਕੀ ਕੀਤੇ ਉਹ ਹੁਣ ਸਾਰੀ ਇਸ ਵੇਲੇ ਪਤਾ ਲੱਗ ਰਿਹਾ ਹੈ। ਜਿੱਥੇ ਵੀ ਜਾਓ ਉੱਥੇ ਲੋਕ ਇਹੀ ਕਹਿ ਰਹੇ, ਸਾਡਾ ਸੀਵਰੇਜ ਬੰਦ, ਸਾਡਾ ਪਾਣੀ ਅਤੇ ਸੀਵਰੇਜ ਮਿਕਸ ਹੋ ਕੇ ਆ ਰਿਹਾ ਆ, ਸਾਡੀਆਂ ਸੜਕਾਂ ਦਾ ਨਹੀਂ, ਇੱਕ ਹੱਡਾ ਰੋੜੀ ਦਾ ਉੱਥੇ ਇੰਨੀ ਪ੍ਰੋਬਲਮ ਸੀਗੀ। ਇੱਕ ਅੱਛਾ ਕੰਮ ਇੱਕ ਆਮ ਆਦਮੀ ਪਾਰਟੀ ਨੇ ਕੀਤਾ ਕਿ ਜਿਹੜਾ ਉੱਥੋਂ ਹੱਡਾ ਰੋੜੀ ਵਾਲਾ ਉਹ ਚੁਕਵਾ ਦਿੱਤਾ। ਅਸੀਂ ਬੜੇ ਖੁਸ਼ ਹਾਂ ਇਸ ਚੀਜ਼ ਨਾਲ, ਉੱਥੇ ਦੇ ਆਸ ਪਾਸ ਦੇ ਲੋਕ ਵੀ ਬਹੁਤ ਖੁਸ਼ ਨੇ, ਦਾ ਪਹਾੜ ਵੀ ਉਹਨਾਂ ਦੇ ਏਰੀਆ। ਉਹ ਵੀ ਅਸੀਂ ਆਮ ਆਦਮੀ ਪਾਰਟੀ ਵਾਲੇ ਸਾਨੂੰ ਕਹਿ ਰਹੇ ਕਿ ਅਸੀਂ ਚੁਕਵਾ ਦੇਣਾ ਆ, ਉਹ ਗੱਡੀਆਂ ਲੱਗ ਰਹੀਆਂ, ਚੱਕਣਾ ਸ਼ੁਰੂ ਹੋ ਗਿਆ ਹੈਗਾ। ਸੋ ਬੜੇ ਅੱਛੇ ਕੰਮ ਕਰ ਰਹੀ ਆਮ ਆਦਮੀ ਪਾਰਟੀ, ਤੇ ਸਾਡਾ ਪਰਿਵਾਰ ਕੌਂਸਲਰ ਰਿਹਾ ਹੋਵੇ ਤੇ ਉਹਦੇ ਆਪਦੇ ਏਰੀਏ ਦੇ ਵਿੱਚ ਹੋਵੇ ਕੂੜੇ ਦਾ ਪਹਾੜ ਹੋਵੇ, ਬਿਲਕੁਲ ਜੀ ਇੰਨਾ ਗੰਦ ਹੋਵੇ। ਜਿਹੜਾ ਬੰਦਾ ਇੱਕ ਕੌਂਸਲਰ ਰਹਿ ਕੇ 4 ਵਾਰ, ਜਿਹੜਾ ਬੰਦਾ ਕੌਂਸਲਰ, 1 ਵਾਰ ਡਿਪਟੀ ਮੇਅਰ ਕੋਲ ਬਹੁਤ ਪਾਵਰ ਹੁੰਦੀ ਆ ਜੀ, ਉਹ ਜੋ ਮਰਜ਼ੀ ਕਰਵਾ ਸਕਦਾ ਆਪਣੇ ਏਰੀਏ। ਜਿਹੜਾ ਬੰਦਾ ਆਪਣੇ ਏਰੀਏ 'ਚ ਕੰਮ ਨਹੀਂ ਕਰਵਾ ਸਕਦਾ, ਉਹ ਬਾਕੀ ਏਰੀਆ 'ਚ ਕੰਮ ਕਿਸ ਤਰ੍ਹਾਂ ਕਰਵਾਊਗਾ ਜੀ? ਸਮਝ ਗਏ ਨਾ? ਦੇਖੋ ਜੀ, ਇਹ ਕੰਮ ਹੋਣੇ ਚਾਹੀਦਾ ਸੀ। ਇਹ ਨਹੀਂ ਕਹਿੰਦੇ ਕਿ ਡਿਪਟੀ ਮੇਅਰ ਹੈ ਜਾਂ ਮਾੜੇ ਚੰਗੇ, ਨਹੀਂ, ਉਹ ਇਨਸਾਨ ਮਾੜਾ ਨਹੀਂ ਹੈ, ਪਰ ਉਹਦੇ ਕੰਮ ਹੋਣੇ ਚਾਹੀਦੇ ਅੱਛੇ। ਜੇ ਇੱਕ ਸਰਕਾਰ ਉਹਨੂੰ ਅੱਛੇ ਕੰਮ 'ਚ ਨਿਵਾਜਦੀ ਹੈਗੀ, ਡਿਪਟੀ ਮੇਅਰ ਦੀ ਉਹਨੇ ਪੋਸਟ ਦਿੱਤੀ ਹੈਗੀ ਸਰਕਾਰ ਨੇ ਉਹਨੂੰ, ਉਸ ਚੀਜ਼ ਦਾ ਉਹਨੂੰ ਫਾਇਦਾ ਚੁੱਕਣਾ ਚਾਹੀਦਾ ਸੀ, ਆਪਣੇ ਆਸ ਪਾਸ ਦੇ ਲੋਕਾਂ ਦੇ ਨਾਲ ਪਿਆਰ ਨਾਲ ਰਹਿ ਕੇ। ਅੱਜ ਇੱਕ ਹੋਰ ਇਲਜ਼ਾਮ ਉਹਨਾਂ 'ਤੇ ਲੱਗਿਆ ਗਿਆ ਹੈ, ਨਵਾਂ ਜਿਹੜੀਆਂ ਕਲੋਨੀਆਂ ਕੱਟ ਰਹੇ ਹੈਗੇ, ਤੇ ਦੇਖੋ ਜੀ ਇਸੇ ਫਿਰ ਇਹਦਾ ਮਤਲਬ ਤਾਂ ਇਹ ਹੋਇਆ, ਆਪਣੇ ਲਈ ਕਰ ਰਹੇ ਸੀ ਸਾਰਾ ਕੰਮ, ਜੋ ਵੀ ਉਹਨੂੰ ਪੋਸਟਾਂ ਮਿਲ ਗਈਆਂ ਜਾਂ ਜੋ ਵੀ ਕੌਂਸਲਰ ਸੀਗੇ ਜਾਂ ਉਹ ਸਿਰਫ ਆਪਣਾ ਘਰ ਹੀ ਦੇਖ ਰਹੇ ਸੀ, ਬਾਕੀ ਲੋਕਾਂ ਦਾ ਤਾਂ ਉਹਨਾਂ ਨੇ ਕੁਛ ਨਹੀਂ ਸਵਾਰਿਆ ਨਾ। ਸੋ ਮੈਂ ਇਹ ਕਹਿਣਾ
ਕਹਿਣਾ ਚਾਹੁੰਦੀ ਹਾਂ ਆਮ ਕਿ ਆਮ ਜਨਤਾ ਆਮ ਆਦਮੀਆਂ ਨੂੰ ਕਿ ਆਪ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਇੱਕ ਅੱਛਾ ਇਨਸਾਨ ਤੁਹਾਨੂੰ ਮਿਲਿਆ, ਇੱਕ ਨੇਕ ਇਨਸਾਨ ਮਿਲਿਆ ਭਗਤ ਜੀ ਤੁਹਾਨੂੰ, ਇੱਥੇ ਇੰਨੇ ਅੱਛੇ ਬੰਦੇ ਮਿਲੇ ਆ, ਉਹਨਾਂ ਦੇ ਲਈ ਤੁਸੀਂ ਕੰਮ ਤੁਹਾਡੇ ਲਈ ਸਾਰੇ ਕੰਮ ਕਰਨਗੇ। ਸੋ ਮੈਂ ਆਪ ਉਹਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਊਂਗੀ। ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਆਮ ਆਦਮੀ ਨੂੰ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਸਫਲ ਕਰੋ। ਥੈਂਕ ਯੂ ਸੋ ਮੱਚ। ਮੈਮ ਕੀ ਕਹਿਣਾ ਚਾਹੋਗੇ ਜੋ ਮਾਹੌਲ ਬਣਿਆ ਹੋਇਆ ਇਸ ਟਾਈਮ ਚੋਣਾਂ ਦਾ, ਮਹਿੰਦਰ ਭਗਤ ਬਾਰੇ ਕੀ ਕਹਿਣਾ ਚਾਹੋਗੇ, ਜਾਂ ਸੁਰਿੰਦਰ ਕੌਰ ਨੇ ਦੂਜੇ ਪਾਸੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇੱਕ ਪਾਸੇ ਸ਼ੀਤਲ ਅੰਗਰਾਲ ਨੇ ਜਿਹਨਾਂ ਨੂੰ MLA ਦੀ ਪੋਸਟ ਉਹਨਾਂ ਕੋਲ ਸੀਗੀ, ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ। ਦੇਖੋ ਸ਼ੀਤਲ ਉਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਦਲ ਬਦਲੂ ਹੈਗੇ ਨੇ, ਜਿਹੜੇ ਆਮ ਆਦਮੀ ਪਾਰਟੀ ਦੀ ਗੱਲ ਕੰਮ ਹੋ ਰਹੇ ਆ, ਔਰ ਆਪਣੇ CM ਸਾਹਿਬ 2 ਸਾਲਾਂ ਤੋਂ ਇੰਨੇ ਕੰਮ ਕਰ ਰਹੇ ਆ ਜੀ। ਤੇ ਦੇਖੋ ਜੇ ਇਹ ਕਹਿੰਦੇ ਨੇ ਕਿ ਕੰਮ ਨਹੀਂ ਹੋ ਰਹੇ, ਉਸ ਤੋਂ ਬਾਅਦ ਦੇਖੋ 2 ਸਾਲ ਆਪਾਂ ਫੈਮਿਲੀ ਨੂੰ ਵੀ 4 ਬੰਦੇ ਖੁਸ਼ ਕਰਨੇ ਔਖੇ ਹੋ ਜਾਂਦੇ ਆ। ਦੇਖੋ ਅਸੀਂ ਜਨਤਾ ਨੂੰ ਖੁਸ਼ ਨਹੀਂ ਕਰ ਸਕਦੇ, ਪਰ ਸਾਡੀ ਆਮ ਆਦਮੀ ਪਾਰਟੀ ਦੇ ਕੰਮ ਕਰ ਰਹੇ, 2 ਸਾਲਾਂ ਤੋਂ ਕੰਮ ਬਹੁਤ ਹੋ ਰਹੇ ਆ। CM ਸਾਹਿਬ ਲੋਕਾਂ 'ਚ ਵਿਚਰ ਰਹੇ, ਉਹਨਾਂ ਦੇ ਧਰਮ ਪਤਨੀ ਲੋਕਾਂ 'ਚ ਵਿਚਰ ਰਹੇ ਲੋਕਾਂ, ਔਰ ਦੇਖੋ ਕੈਂਪ ਲੱਗ ਰਹੇ ਨੇ। ਜੇ ਅਸੀਂ ਲੋਕ ਚਾਹੁੰਦੇ ਨੇ ਸਾਡੇ ਕੰਮ ਹੋਣ, ਤਾਂ ਧਰਨੇ ਲਾਉਣ ਦਾ ਤਾਂ ਕੋਈ ਮਤਲਬ ਨਹੀਂ, CM ਸਾਹਿਬ ਨਾਲ ਮੀਟਿੰਗ ਰੱਖਣਾ ਜੀ। ਮੈਮ ਗੱਲ ਕੀਤੀ ਜਾਵੇ ਸੁਰਿੰਦਰ ਕੌਰ, ਜਿਹੜੇ ਕਿ 4 ਵਾਰ ਕੌਂਸਲਰ ਰਹਿ ਚੁੱਕੇ ਨੇ, 1 ਵਾਰ ਡਿਪਟੀ ਮੇਅਰ ਰਹਿ ਚੁੱਕੇ ਨੇ, ਉਹਨਾਂ ਬਾਰੇ ਕੀ ਕਹਿਣਾ? ਦੇਖੋ ਜਿੱਦਾਂ ਹੁਣ ਮੈਡਮ ਉਹਨਾਂ ਨੇ ਕਹੀ ਹੈ ਕਿ ਉਹ 4 ਵਾਰ ਕੌਂਸਲਰ ਨੇ, ਜੇ ਉਹਨਾਂ ਦੇ ਉਦੋਂ ਕੰਮ ਨਹੀਂ ਹੋਏ ਤਾਂ ਹੁਣ ਫਿਰ ਉਹ ਕਮੀਆਂ ਨਿਕਲ ਕੇ ਆ ਰਹੀਆਂ ਨਾ। ਦੇਖੋ ਕੰਮ ਸਾਲ 75 ਸਾਲਾਂ ਦਾ ਤਾਣਾ ਬਣਾ ਉਲਝਿਆ ਹੋਇਆ ਹੈ, ਇਹ ਹੌਲੀ 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 ਸੈੱਟ ਹੋਊਗਾ, ਔਰ ਲੀਹ ਤੇ ਗੱਡੀ ਲੀਹ ਤੇ ਆ ਰਹੀ ਆ। ਦੇਖੋ ਥੋੜ੍ਹਾ ਜਿਹਾ ਅਸੀਂ ਚਾਹੁੰਦੇ ਹਾਂ ਕਿ CM ਸਾਹਿਬ ਦਾ ਸਾਥ ਲੋਕ ਵੀ ਦੇਣ, ਜੇ ਇਕੱਲੀ ਸਰਕਾਰ ਦਾ ਨਹੀਂ ਹੁੰਦਾ, ਲੋਕਾਂ ਦਾ ਵੀ ਇਹ ਹੁੰਦਾ ਆ ਕਿ ਲੋਕ ਸਾਡਾ ਸਾਥ ਦੇਣ। ਸੁਰਿੰਦਰ ਕੌਰ ਦੇ ਵੱਲੋਂ ਉਹਨਾਂ ਦੇ ਏਰੀਏ ਦੇ ਵਿੱਚੋਂ ਕਿੰਨੇ ਕੁ ਕੰਮ ਕਰਵਾਏ ਗਏ ਨੇ, ਕੀ ਕੁਝ ਉੱਥੇ ਵੇਖਣ ਨੂੰ ਮਿਲ ਰਿਹਾ? ਜ਼ੀਰੋ ਜੀ, ਜ਼ੀਰੋ ਜ਼ੀਰੋ ਕਿਉਂ? ਦੇਖੋ ਉਹ ਤਾਂ ਸਾਹਮਣੇ ਹੀ ਆ ਸਾਰਾ ਕੁਛ ਕਾਰੋਬਾਰ। ਦੇਖੋ ਜੇ ਉਹ ਸੋਚ ਰਹੇ, ਸਾਰੇ MLA ਜਿਹੜੇ ਪਹਿਲਾਂ ਸੀਗੇ ਉਹ ਸਾਰੇ ਆਪਣੇ ਬਾਰੇ ਹੀ ਸੋਚਦੇ ਸੀਗੇ, ਕਿਸੇ ਨੇ ਜਨਤਾ ਬਾਰੇ ਸੋਚਿਆ ਨਹੀਂ। ਜੇ ਜਨਤਾ ਬਾਰੇ ਸੋਚਿਆ ਹੁੰਦਾ ਤਾਂ ਕੰਮ ਹੋਏ ਹੁੰਦੇ, ਅੱਜ ਆਹ ਹਾਲ ਨਾ ਹੁੰਦਾ ਜੀ। ਸਰ ਕੀ ਕਹਿਣਾ ਚਾਹੋਗੇ ਜੀ, ਜਿਹੜੇ ਉਮੀਦਵਾਰ ਖੜੇ ਨੇ, 2 ਦਿਨਾਂ ਬਾਅਦ ਵੋਟਾਂ ਹੋਣ ਜਾ ਰਹੀਆਂ ਨੇ? ਵਧੀਆ ਇਮਾਨਦਾਰ ਹੈ ਭਗਤ ਸਿੰਘ ਮਹਿੰਦਰ ਭਗਤ ਜੀ, ਕਿਉਂਕਿ ਇਹਨਾਂ ਨੂੰ ਵੋਟ ਇਹਨਾਂ ਨੂੰ ਇਮਾਨਦਾਰੀ ਕਰਕੇ ਪੈਣੀ ਹੈ, ਕਿਸੇ ਪਾਰਟੀ ਦਾ ਮਿਹਰਬਾਨੀ ਠੀਕ ਹੈ ਆਮ ਆਦਮੀ ਪਾਰਟੀ ਵੱਲੋਂ, ਪਰ ਉਹਨਾਂ ਦੀ ਸ਼ਰੀਫੀ, ਉਹਨਾਂ ਦੀ ਇਮਾਨਦਾਰੀ, ਅਤੇ ਜਿਹੜੀ ਗੱਲ ਸੁਰਿੰਦਰ ਕੌਰ ਦੀ ਉਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ 4 ਵਾਰ ਦੀ ਕੌਂਸਲਰ ਆ, ਸਿਰੇ ਦੀ ਕਰਪਟ ਬੀਬੀ ਆ। ਜੇ ਉਹ ਚੰਗੀ ਹੁੰਦੀ ਤੇ ਉਹਨੂੰ ਡਿਪਟੀ ਮੇਅਰ ਦੁਬਾਰਾ ਨਾ ਬਣ ਸਕਦੀ ਸੀ, ਜਾਂ ਬਣਨਾ ਹੁੰਦਾ ਪਹਿਲੀ ਵਾਰੀ ਉਹ MLA ਬਣ ਸਕਦੀ, ਬੰਦਾ ਇੱਕ ਵਾਰੀ ਕੌਂਸਲਰ ਬਣ ਜਾਏ ਦੂਜੀ ਵਾਰ MLA ਟਰਾਈ ਮਾਰਦਾ, ਇਸ ਕਰਕੇ ਬੀਬੀ ਦਾ ਜਿਹੜਾ ਬੋਲਬਾਲਾ ਆ ਉਹ ਫੇਲ ਹੋ ਚੁੱਕਾ, ਇਸ ਕਰਕੇ ਕਿੰਨੇ ਕੁ ਕੰਮ ਏਰੀਏ 'ਚ ਉਹਨਾਂ ਵੱਲੋਂ ਕਰਵਾਏ ਗਏ? ਬਿਲਕੁਲ 0 ਲੈਵਲ ਜੀ, ਮੈਂ ਵੀ ਇਸ ਇਲਾਕੇ ਦਾ ਰਹਿਣ ਵਾਲਾ, ਮੈਨੂੰ ਮੇਰਾ ਜਨਮ ਭੂਮੀ ਹੈ। ਕੀ ਕਮੀਆਂ ਨੇ ਇੱਥੇ? ਸਾਰੀਆਂ ਕਮੀਆਂ, ਸੀਵਰੇਜ, ਪਾਣੀ, ਵਾਟਰ ਸਪਲਾਈ ਜੀ, ਇਹ ਸਿਰਫ ਇਹਨੇ ਆਮ ਆਦਮੀ ਪਾਰਟੀ ਨੇ ਨਹੀਂ ਕਰਨਾ, 15 ਸਾਲ ਕਾਂਗਰਸ ਸਰਕਾਰ ਰਹੀ, 15 ਸਾਲ BJP ਅਕਾਲੀ ਦਲ ਦੀ ਰਹੀ, ਉਹਨਾਂ ਨੇ ਕਿਵੇਂ ਲੁੱਟਿਆ, ਸਮਾਰਟ ਸਿਟੀ ਦੇ ਵਿੱਚ ਕਿੱਦਾਂ ਪੈਸਾ ਖਾਧਾ ਇਹਨਾਂ ਦੇ MLA ਨੇ, ਸ਼ੋਅ ਕਰੇ ਕਰੀ ਬੀਬੀ, ਜੇ ਨਹੀਂ ਤਾਂ ਜਿਹੜੇ ਮੈਂ ਦੋਸ਼ ਲਾਏ ਆ ਮੇਰੇ ਤੇ ਕਾਰਵਾਈ ਕਰੇ, ਨਹੀਂ ਤੇ ਬੀਬੀ ਤੇ ਕਾਰਵਾਈ ਹੋਣੀ ਚਾਹੀਦੀ ਆ। ਜੀ ਸੁਰਿੰਦਰ ਕੌਰ, ਅੱਜ ਹੋਰ ਦੋਸ਼ ਉਹਨਾਂ ਤੇ ਲੱਗੇ ਨੇ ਕਿ ਕਲੋਨੀ, ਨਜਾਇਜ਼ ਕਲੋਨੀਆਂ ਕੱਟੀਆਂ ਗਈਆਂ। ਬਿਲਕੁਲ, ਉਹ ਵੀ ਬਹੁਤ ਮਾੜੀ ਗੱਲ ਨਿੰਦਣਯੋਗ ਆ, ਕਿਉਂਕਿ ਜੇ ਆਪਾਂ ਕਰਪਸ਼ਨ ਹੀ, ਉਹ ਕਾਂਗਰਸ ਦੀ ਤਾਂ ਕੰਮ ਹੀ ਸ਼ੁਰੂ ਤੋਂ ਪਰਿਵਾਰਵਾਦ ਤੇ ਕਰਪਸ਼ਨ ਕਰਨਾ ਜੀ, ਤੇ BJP ਅਕਾਲੀ ਦਲ ਦਾ ਵੀ ਇਹੋ ਕੰਮ ਜੀ। ਜੀ ਜੀ ਜੀ, ਹਾਂ ਠੀਕ ਹੈ। ਮੈਮ ਤੁਸੀਂ ਕੀ ਕਹਿਣਾ ਚਾਹੋਗੇ, ਜਿਵੇਂ ਗੱਲਬਾਤ ਕਰੀਏ ਕਿ ਇਲੈਕਸ਼ਨਸ ਹੋਣ ਜਾ ਰਹੇ ਨੇ, ਹਨਾ, ਉਮੀਦਵਾਰ ਨੇ ਜਿਹੜੇ ਉਮੀਦ ਲਗਾ ਕੇ ਬੈਠੇ ਨੇ ਕਿ ਅਸੀਂ ਜੇਤੂ ਰਹਾਂਗੇ, ਕੀ ਲੱਗਦਾ ਜਲੰਧਰ ਦਾ ਮਾਹੌਲ ਕੀ ਹੋਏਗਾ? ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜਾ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ, ਸਾਰਿਆਂ ਨੂੰ ਦਿਖ ਰਿਹਾ ਕਿ ਇਲੈਕਸ਼ਨ ਦਾ ਕੀ ਮਾਹੌਲ ਹੈ।
ਆਮ ਆਦਮੀ ਪਾਰਟੀ ਨੇ 2.5 ਸਾਲ ਕੀ ਕੰਮ ਕੀਤੇ ਆ? ਮਾਨ ਸਾਹਿਬ ਦੀ ਕਲਮ ਪਹਿਲੀ ਵਾਰ ਚੱਲੀ ਤੇ ਕਿਸ ਕੰਮ ਲਈ ਚੱਲੀ? ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ, ਅਸੀਂ ਕਿਸੇ ਦੀ ਨਿੰਦਾ ਕਰਨ ਦੀ ਬਜਾਏ ਅਸੀਂ ਕੀ ਕੀਤਾ? ਅਸੀਂ ਉਹ ਦਿਖਾਉਣਾ ਚਾਹੁੰਦੇ ਹਾਂ ਕਿ 2.5 ਸਾਲਾਂ ਵਿੱਚ ਅਸੀਂ ਕਿੱਥੇ ਤੋਂ ਕਿੱਥੇ ਪੰਜਾਬ ਲੈ ਕੇ ਆਏ। ਅਸੀਂ ਵਾਅਦਾ ਕੀਤਾ ਸੀ ਬਿਜਲੀ ਦੇ ਬਿੱਲ ਫ੍ਰੀ ਕਰਾਂਗੇ, 300 ਯੂਨਿਟ ਫ੍ਰੀ ਦੇਵਾਂਗੇ ਤਾਂ ਅਸੀਂ ਦਿੱਤੇ। ਉਸ ਤੋਂ ਬਾਅਦ ਨੌਕਰੀਆਂ ਦੇਵਾਂਗੇ ਜਿਹੜੀਆਂ ਕਿ ਅਸੀਂ ਦਿੱਤੀਆਂ। ਉਸ ਤੋਂ ਬਾਅਦ ਅਸੀਂ ਸਕੂਲ ਆਫ ਐਵੀਡੈਂਸ ਦੀ ਗੱਲ ਕੀਤੀ, ਉਹ ਅਸੀਂ ਖੋਲ੍ਹੇ। ਮਹੱਲਾ ਕਲੀਨਿਕ ਦੀ ਗੱਲ ਕਰੀਏ, ਉਹ ਪੂਰੇ ਪੰਜਾਬ ਵਿੱਚ ਖੁੱਲ੍ਹੇ। ਜਿਹੜੇ ਕੰਮ ਅਸੀਂ ਕੀਤੇ ਹੈ, ਲੋਕ ਭਲਾਈ ਦੇ ਕੰਮ ਕੀਤੇ ਹੈ, ਉਹ ਦੇਖ ਲਓ 2.5 ਸਾਲ ਦੀ ਸਰਕਾਰ ਤੇ ਇੱਕ 15 ਸਾਲ ਮੌਜੂਦਾ ਕੌਂਸਲਰ ਰਹਿ ਚੁੱਕੀ ਮੈਡਮ ਅੱਜ MLA ਲੜ ਰਹੇ ਆ। ਜੇ 15 ਸਾਲ ਇੱਕ ਡਿਪਟੀ ਮੇਅਰ ਰਹਿਣ ਤੋਂ ਬਾਅਦ ਇੱਕ ਉਹਨਾਂ ਤੋਂ ਆਪਣਾ ਹਲਕਾ ਨਹੀਂ ਸਾਂਭਿਆ ਗਿਆ, ਤੇ ਮੈਂ ਪਬਲਿਕ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਪੂਰਾ ਹਲਕਾ ਕਿੱਦਾਂ ਸਾਂਭਣਗੇ? ਇੱਕ ਵਾਰਡ ਜਿਹੜੀ ਲੇਡੀਜ਼ ਨਹੀਂ ਸੰਭਾਲ ਪਾਈ ਜੀ, ਤੇ ਉਹ ਪੂਰਾ ਹਲਕਾ ਕਿਸ ਵਿਹਾਫ ਤੇ ਕਹਿ ਰਹੇ ਨੇ ਕਿ ਮੈਨੂੰ ਵੋਟ ਪਾਓ ਤੇ ਮੈਂ ਕੰਮ ਕਰੂੰਗੀ? ਇੱਕ ਹਲਕੇ ਵਿੱਚ 18 ਤੋਂ 19 ਵਾਰਡ ਹੁੰਦੇ ਹੀ ਹੁੰਦੇ ਆ ਜੀ। ਜੇ ਇੱਕ ਵਾਰਡ ਨਹੀਂ ਸੰਭਲਿਆ ਤਾਂ ਇੰਨਾ ਵੱਡਾ ਏਰੀਆ ਇੰਨੀ ਪਾਵਰ ਦੇ ਵਿੱਚ ਰਹਿਣ ਤੋਂ ਬਾਅਦ ਲੋਕ ਬੇਸਿਕ ਮੁੱਦਿਆਂ ਤੋਂ ਨਹੀਂ ਉੱਠੇ। ਸੀਵਰੇਜ, ਸੜਕਾਂ, ਸਕੂਲ, ਸਾਫ਼ ਪਾਣੀ, ਲਾਈਟ, ਬੇਸਿਕ ਮੁੱਦੇ ਹੀ ਲੋਕਾਂ ਦੇ ਉੱਤੇ ਖੜੇ ਆ। ਉਹਨਾਂ ਨੂੰ ਇੰਨੀ ਪਾਵਰ ਵਿੱਚ ਸੀਗੇ, ਸਰਕਾਰ ਵਿੱਚ ਸੀਗੇ, ਐਜ਼ ਏ ਡਿਪਟੀ ਮੇਅਰ ਸੀਗੇ। ਕਹਿੰਦੇ ਕਿ ਏਰੀਆ 'ਚ ਕੂੜੇ ਦਾ ਪਹਾੜ ਵੀ ਆ, ਸਭ ਕੁਛ ਸਾਫ਼ ਸਫਾਈ। ਮੈਂ ਤਾਂ ਕਹਿ ਰਹੀ ਬੇਸਿਕ ਜ਼ਰੂਰਤਾਂ ਨੇ ਲੋਕਾਂ ਦੀਆਂ ਪੂਰੀਆਂ ਹੋਈਆਂ, ਅਤੇ ਕਿਸ ਬਿਹਾਫ 'ਤੇ ਉਹ MLA ਦੀ ਟਿਕਟ ਮੰਗ ਰਹੇ ਨੇ ਅੱਜ, ਕਿਸ ਬਿਹਾਫ 'ਤੇ ਲੋਕਾਂ ਦੇ ਅੱਗੇ ਗੁਨਾਹ ਲਗਾ ਰਹੇ ਆ ਕਿ ਸਾਨੂੰ MLA ਬਣਾਇਆ ਜਾਵੇ। ਸਮਾਰਟ ਸਿਟੀ ਦਾ ਫੰਡ ਵੀ ਆਇਆ ਸੀਗਾ ਏਰੀਆ ਦੇ ਵਿੱਚ, ਬਹੁਤ ਘੱਟ ਜੀ। ਜਿਹੜਾ ਸਮਾਰਟ ਸਿਟੀ ਦਾ ਫੰਡ ਆਇਆ ਨਾ, ਉਹ ਬਹੁਤ ਜ਼ਿਆਦਾ ਆਇਆ ਸੀ ਸਮਾਰਟ, ਪਰ ਉਹ ਸਮਾਰਟ ਸਿਟੀ ਦਾ ਫੰਡ ਇਹਨਾਂ ਦੇ ਘਰਾਂ 'ਤੇ ਲੱਗਾ, ਸੜਕਾਂ 'ਤੇ, ਪਾਣੀ 'ਤੇ, ਸੀਵਰੇਜ 'ਤੇ ਨਹੀਂ ਲੱਗਾ। ਈਵਨ ਭਗਵੰਤ ਮਾਨ ਜੀ ਨੇ ਦੇਖੋ ਕਿੰਨੇ ਅੱਛੇ ਅੱਛੇ ਕੰਮ ਕੀਤੇ, ਬਿਜਲੀ ਦਾ ਬਿੱਲ ਫ੍ਰੀ, ਮੇਰਾ ਬਿੱਲ ਜਿਹੜਾ 20-20 ਹਜ਼ਾਰ ਬਿੱਲ ਆਉਂਦਾ ਸੀ ਜਾਂ 18 ਹਜ਼ਾਰ, ਅੱਜ ਮੇਰਾ 0 ਆ ਰਿਹਾ। ਅਤੇ ਕਿਉਂ ਆ ਰਿਹਾ? ਉਹ ਸਾਰਿਆਂ ਨੂੰ, ਕਿਉਂਕਿ ਫੈਸਿਲਿਟੀ ਦਿੱਤੀ। ਇਹ ਨਹੀਂ ਕਿ ਇੱਕ ਖਾਸ ਬੰਦਿਆਂ ਨੂੰ ਜਾਂ ਖਾਸ ਕਮਿਊਨਿਟੀ ਨੂੰ ਜਾਂ ਖਾਸ ਹਨਾ ਸ਼੍ਰੇਣੀ ਨੂੰ ਉਹਨਾਂ ਨੇ ਨਹੀਂ ਦਿੱਤੀ, ਉਹਨਾਂ ਨੇ ਸਾਰਿਆਂ ਨੂੰ ਬਰਾਬਰ। ਤਾਂ ਅਸੀਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹਨਾਂ ਦੇ ਕੰਮਾਂ ਨੂੰ ਦਿਓ ਵੋਟ, ਭਗਵੰਤ ਮਾਨ ਜੀ ਦੇ ਕੰਮਾਂ ਨੂੰ ਦੇਖ ਕੇ ਆਪ ਨੂੰ ਵੋਟ ਪਾਓ, ਝਾੜੂ ਨੂੰ ਵੋਟ ਪਾਓ। ਸੁਰਿੰਦਰ ਕੌਰ ਜੀ ਦੇ ਬਾਰੇ ਇੱਕ ਹੋਰ ਗੱਲ ਅੱਜ ਉੱਠ ਕੇ ਆ, ਬਾਹਰ ਆਉਂਦੀ ਆ ਕਿ ਨਜਾਇਜ਼ ਕਲੋਨੀ ਕੱਟੀ ਗਈ, ਇਲੀਗਲ ਸੀਵਰੇਜ ਪਾਏ ਗਏ ਉਹਦੇ ਵਿੱਚ, ਇਲੀਗਲ ਲਾਈਟ ਦਾ ਕਨੈਕਸ਼ਨ, ਹਨਾ ਪਾਣੀ ਦਾ ਕਨੈਕਸ਼ਨ। ਦੇਖੋ ਇਹ ਚੀਜ਼ਾਂ 'ਤੇ ਇਹਨਾਂ ਨੂੰ ਪਾਵਰ ਮਿਲੀ, ਪਰ ਉਹਦਾ ਯੂਜ਼ ਨਹੀਂ, ਮਿਸਯੂਜ਼ ਜ਼ਿਆਦਾ ਹੋਇਆ। ਇਹ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਆਪਣੀ ਪਾਵਰ ਨਾਲ ਆਪਣੇ ਮਹਿਲ ਕੋਠੀਆਂ ਪਾਈਆਂ, ਆਪਣੇ ਚੁਬਾਰੇ ਪਾਏ, ਨਾ ਕਿ ਆਮ ਲੋਕਾਂ ਦਾ ਕੰਮ ਕੀਤਾ। ਆਮ ਜਨ ਉਹਨਾਂ ਨੂੰ ਪਾਵਰ ਦਿੱਤੀ ਗਈ ਸੀ ਆਮ ਜਨਤਾ ਦਾ ਕੰਮ ਕਰਨ ਲਈ, ਪਰ ਪਹਿਲੀ ਸਰਕਾਰ ਹੈ ਜਿਹੜੀ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖ ਕੇ ਆਮ ਲੋਕਾਂ ਦੇ ਕੰਮ ਕਰ ਰਹੀ। ਆਮ ਆਦਮੀ ਪਾਰਟੀ ਆਮ ਲੋਕਾਂ ਲਈ ਖੜੀ ਹੈ। ਕਿ ਲੋਕ ਸ਼ੀਤਲ ਅੰਗਰਾਲ ਦੇ ਦੁਆਰਾ ਭਰੋਸਾ ਕਰਨਗੇ ਕਿ ਆਮ ਆਦਮੀ ਪਾਰਟੀ ਵੱਲੋਂ MLA ਰਹਿ ਚੁੱਕੇ ਨੇ ਉਹ? ਦੇਖੋ MLA ਰਹੇ, ਅਸੀਂ ਧੋਖਾ ਖਾਧਾ, ਅਸੀਂ ਆਪ ਬਾਹਰੋਂ ਆ ਕੇ ਆਪਣੇ ਗਿੱਟੇ ਸਜਾਏ, ਮੇਰੇ ਈਵਨ ਕਿ ਫ੍ਰੈਕਚਰ ਵੀ ਹੋ ਗਿਆ ਸੀ, ਅਸੀਂ ਸਾਰਾ ਕੰਮ ਕਰਨ ਤੋਂ ਬਾਵਜੂਦ ਇੱਥੇ ਉਹਨਾਂ ਨੂੰ MLA ਬਣਾਇਆ, ਪਰ ਅੱਜ ਅਸੀਂ ਕਿਸ ਪੋਜੀਸ਼ਨ 'ਤੇ ਆ? ਕੋਈ ਗੱਲ ਨਹੀਂ, ਧੋਖਾ ਖਾਣਾ ਗਲਤ ਗੱਲ ਨਹੀਂ, ਧੋਖਾ ਦੇਣਾ ਗਲਤ ਗੱਲ ਆ ਜੀ, ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ। ਗੱਲਬਾਤ ਕੀਤੀ ਜਿੱਥੇ ਲੋਕਾਂ ਦਾ ਕਹਿਣਾ ਸੀਗਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਆ, ਕਹਿੰਦੇ ਜਿਹਨਾਂ ਨੇ ਜਿਹੜੇ 4 ਵਾਰ ਕੌਂਸਲਰ ਰਹਿ ਚੁੱਕੇ ਨੇ, 1 ਵਾਰ ਡਿਪਟੀ ਮੇਅਰ ਰਹਿ ਚੁੱਕੇ ਨੇ, ਉਹਨਾਂ ਦੇ ਵੱਲੋਂ ਆਪਦਾ ਹੀ ਏਰੀਆ ਨਹੀਂ ਸਾਂਭਿਆ ਗਿਆ ਤਾਂ ਉਹ ਬਾਕੀ ਵਾਰਡਾਂ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਨਗੇ? ਤਾਂ ਹੁਣ ਵੇਖਦੇ ਹਾਂ ਕਿ 2 ਦਿਨਾਂ ਦੇ ਬਾਅਦ ਚੋਣਾਂ ਨੇ ਅਤੇ ਚੋਣਾਂ ਦੇ ਨਤੀਜੇ ਕੀ ਨਿਕਲਦੇ ਨੇ।